ਇਸ ਤੋਂ ਪਿਛਲੇ ਲੈਸਨ ਵਿੱਚ ਅਸੀਂ ਬਹੁਭੁਜਾਂ ਬਾਰੇ ਪੜ੍ਹਿਆ ਸੀ ਅਤੇ ਇਸ ਵੀਡੀਓ ਵਿੱਚ ਅਸੀਂ ਚਤੁਰਭੁਜਾਂ ਬਾਰੇ ਸਿੱਖਾਂਗੇ। ਤਾਂ ਚਤੁਰਭੁਜ ਕੀ ਹੁੰਦੇ ਹਨ? ਚਤੁਰਭੁਜ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੁਆਡਰੀਲੈਟਰਲਸ ਵੀ ਕਹਿ ਦਿੰਦੇ ਹਾਂ ਅਤੇ ਚਾਰ ਭੁਜਾਵਾਂ ਵਾਲੇ ਬਹੁਭੁਜ ਨੂੰ ਅਸੀਂ ਚਤੁਰਭੁਜ ਕਹਿੰਦੇ ਹਾਂ। ਮਤਲਬ ਕੋਈ ਵੀ ਪੋਲੀਗਨ ਜਿਸ ਦੀਆਂ ਫੋਰ ਸਾਈਡਸ ਹੁੰਦੀਆਂ ਨੇ ਉਸਨੂੰ ਅਸੀਂ ਕੁਆਡਰੀਲੈਟਰਲ ਕਹਿੰਦੇ ਹਾਂ। ਤਾਂ ਇੱਥੇ ਜਿਹੜੇ ਤੁਸੀਂ ਬਹੁਭੁਜ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਚਤੁਰਭੁਜ ਹਨ, ਕਿਉਂਕਿ ਸਾਰਿਆਂ ਦੀਆਂ ਚਾਰ ਭੁਜਾਵਾਂ ਨੇ, ਇੱਕ ਦੋ ਤਿੰਨ ਚਾਰ। ਇਸ ਤਰ੍ਹਾਂ ਤੁਸੀਂ ਦੇਖੋ ਜਿੰਨੇ ਵੀ ਬਹੁਭੁਜ ਇੱਥੇ ਬਣੇ ਹੋਏ ਹਨ ਇਹ ਸਾਰਿਆਂ ਦੀਆਂ ਚਾਰ ਭੁਜਾਵਾਂ ਨੇ, ਤਾਂ ਇਹਨਾਂ ਨੂੰ ਅਸੀਂ ਚਤੁਰਭੁਜ ਕਹਿ ਦਿੰਦੇ ਹਾਂ, ਮਤਲਬ ਕਿ ਕੁਆਡਰੀਲੈਟਰਲਸ। ਗੁਣਾਂ ਦੇ ਆਧਾਰ 'ਤੇ ਚਤੁਰਭੁਜ ਕਈ ਤਰ੍ਹਾਂ ਦੇ ਹੁੰਦੇ ਹਨ। ਅੱਜ ਅਸੀਂ ਸਮਾਂਤਰ ਚਤੁਰਭੁਜਾਂ ਬਾਰੇ ਪੜ੍ਹਾਂਗੇ। ਤਾਂ ਸਮਾਂਤਰ ਚਤੁਰਭੁਜ ਕੀ ਹੁੰਦੇ ਹਨ? ਤਾਂ ਕੋਈ ਵੀ ਅਜਿਹਾ ਚਤੁਰਭੁਜ ਜਿਸ ਦੀਆਂ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹੋਣ ਉਸਨੂੰ ਅਸੀਂ ਸਮਾਂਤਰ ਚਤੁਰਭੁਜ ਕਹਿੰਦੇ ਹਾਂ। ਤਾਂ ਇੱਥੇ ਜਿੰਨੇ ਤੁਸੀਂ ਚਤੁਰਭੁਜ ਦੇਖ ਰਹੇ ਹੋ ਇਹ ਸਾਰੇ ਸਮਾਂਤਰ ਚਤੁਰਭੁਜ ਨੇ। ਇਹ ਸਾਰੇ ਸਮਾਂਤਰ ਚਤੁਰਭੁਜ ਕਿਉਂ ਨੇ? ਆਓ ਇਹਨਾਂ ਬਾਰੇ ਵਿਸਥਾਰ ਸਹਿਤ ਇੱਕ ਇੱਕ ਕਰਕੇ ਚਰਚਾ ਕਰੀਏ। ਇੱਥੇ ਸਾਨੂੰ ਇੱਕ ਚਤੁਰਭੁਜ ਦਿੱਤਾ ਗਿਆ ਹੈ, ਮੈਂ ਇਸਦਾ ਨਾਮ ਲਿਖ ਦਿੰਦਾ ਹਾਂ ਏ ਬੀ ਸੀ ਡੀ। ਹੁਣ ਇਸ ਚਤੁਰਭੁਜ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ, ਮਤਲਬ ਕਿ ਇਹਨਾਂ ਦੀਆਂ ਜਿਹੜੀਆਂ ਅਪੋਜ਼ਿਟ ਸਾਈਡਸ ਨੇ ਉਹ ਪੈਰਲਲ ਨੇ। ਸਮਾਂਤਰ ਰੇਖਾਵਾਂ ਨੂੰ ਦਰਸਾਉਣ ਲਈ ਅਸੀਂ ਇਸ ਤਰ੍ਹਾਂ ਦੇ ਐਰੋ ਵਰਤਦੇ ਹਾਂ। ਇੱਥੇ ਦੋ ਐਰੋ ਜਿਹੜੇ ਲੱਗੇ ਹੋਏ ਹਨ ਇਹ ਦੋ ਐਰੋ ਵਾਲੀ ਭੁਜਾ ਦੇ ਸਮਾਂਤਰ ਹਨ। ਅਤੇ ਸਾਨੂੰ ਇਸ ਚਤੁਰਭੁਜ ਏ ਬੀ ਸੀ ਡੀ ਬਾਰੇ ਦੱਸਿਆ ਗਿਆ ਹੈ ਕਿ ਇਸ ਦੀਆਂ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ। ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਭੁਜਾ ਏ ਬੀ ਹੈ ਸਾਡੇ ਕੋਲ ਇਹ ਸਮਾਂਤਰ ਹੈ ਭੁਜਾ ਸੀ ਡੀ ਦੇ। ਇਹ ਤਾਂ ਹੋ ਗਿਆ ਇੱਕ ਜੋੜਾ, ਅਤੇ ਦੂਜਾ ਜੋੜਾ ਜਿਹੜਾ ਹੈਗਾ ਉਹ ਹੈਗਾ ਏ ਡੀ ਅਤੇ ਸੀ ਬੀ। ਏ ਡੀ ਇਹ ਸਮਾਂਤਰ ਹੈ ਸੀ ਬੀ ਦੇ। ਤਾਂ ਇਹ ਸਾਨੂੰ ਦੱਸਿਆ ਗਿਆ ਹੈ ਕਿ ਇਸ ਚਤੁਰਭੁਜ ਦੇ ਵਿੱਚ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ। ਅਤੇ ਸਾਨੂੰ ਦੂਜੀ ਗੱਲ ਦੱਸੀ ਗਈ ਹੈ ਕਿ ਸਨਮੁੱਖ ਭੁਜਾਵਾਂ ਵੀ ਬਰਾਬਰ ਹਨ। ਆਹਮਣੇ ਸਾਹਮਣੇ ਦੀਆਂ ਭੁਜਾਵਾਂ ਸਨਮੁੱਖ ਭੁਜਾਵਾਂ ਹੁੰਦੀਆਂ ਨੇ। ਅਤੇ ਆਹ ਦੇਖੋ ਇੱਥੇ ਮੈਂ ਦੋ ਕੱਟ ਲਗਾ ਕੇ ਦੋ ਕੱਟ ਇੱਧਰ ਲਗਾਏ ਹਨ ਅਤੇ ਏ ਬੀ ਅਤੇ ਸੀ ਡੀ ਭੁਜਾ ਬਰਾਬਰ ਹੈ। ਤਾਂ ਇਸ ਕਥਨ ਦਾ ਮਤਲਬ ਇਹ ਹੋਇਆ ਕਿ ਭੁਜਾ ਏ ਬੀ ਜਿਹੜੀ ਹੈ ਇਹ ਭੁਜਾ ਸੀ ਡੀ ਦੇ ਬਰਾਬਰ ਹੈ ਅਤੇ ਭੁਜਾ ਏ ਡੀ ਜਿਹੜੀ ਹੈ ਇਹ ਸਾਡੇ ਕੋਲ ਭੁਜਾ ਸੀ ਬੀ ਦੇ ਬਰਾਬਰ ਹੈ। ਤਾਂ ਇਹ ਜਿਹੜਾ ਇੱਥੇ ਚਤੁਰਭੁਜ ਦਿੱਤਾ ਹੈ ਇਸ ਦੀਆਂ ਪ੍ਰੋਪਰਟੀ ਸਾਨੂੰ ਦੱਸੀਆਂ ਕਿ ਇਸ ਦੇ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ ਅਤੇ ਇਸ ਦੀਆਂ ਸਨਮੁੱਖ ਭੁਜਾਵਾਂ ਵੀ ਬਰਾਬਰ ਹਨ। ਅਤੇ ਸਾਨੂੰ ਪੁੱਛਿਆ ਗਿਆ ਹੈ ਕਿ ਇਹ ਸਮਾਂਤਰ ਚਤੁਰਭੁਜ ਹੈ। ਅਸੀਂ ਸਿੱਖਿਆ ਸੀ ਕਿ ਸਮਾਂਤਰ ਚਤੁਰਭੁਜ ਕੀ ਹੁੰਦਾ ਹੈ। ਕੋਈ ਵੀ ਅਜਿਹਾ ਚਤੁਰਭੁਜ ਜਿਸ ਦੀਆਂ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹੋਣ, ਬਸ ਇੰਨੀ ਸ਼ਰਤ ਪੂਰੀ ਹੋਣ 'ਤੇ ਹੀ ਚਤੁਰਭੁਜ ਸਮਾਂਤਰ ਚਤੁਰਭੁਜ ਹੋ ਜਾਂਦਾ ਹੈ। ਤਾਂ ਇੱਥੇ ਸਾਡੇ ਕੋਲ ਸਨਮੁੱਖ ਭੁਜਾਵਾਂ ਦੇ ਜੋੜੇ ਸਾਨੂੰ ਸਮਾਂਤਰ ਦਿੱਤੇ ਹੋਏ ਹਨ, ਤਾਂ ਇਹ ਸ਼ਰਤ ਜਿਹੜੀ ਹੈ ਸਮਾਂਤਰ ਚਤੁਰਭੁਜ ਦੀ ਸ਼ਰਤ ਨੂੰ ਪੂਰਾ ਕਰਦੀ ਹੈ। ਤਾਂ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਏ ਬੀ ਸੀ ਡੀ ਇੱਕ ਸਮਾਂਤਰ ਚਤੁਰਭੁਜ ਹੈ। ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਪੈਰਲੈਲੋਗ੍ਰਾਮ ਵੀ ਕਹਿ ਦਿੰਦੇ ਹਾਂ। ਇਹ ਇੱਕ ਸਮਾਂਤਰ ਚਤੁਰਭੁਜ ਹੈ। ਇਹ ਕਿਸ ਕਰਕੇ ਸਮਾਂਤਰ ਚਤੁਰਭੁਜ ਹੋਇਆ? ਇਸ ਪਹਿਲੇ ਪੁਆਇੰਟ ਕਰਕੇ, ਕਿਉਂਕਿ ਇਸ ਦੇ ਵਿੱਚ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ। ਇੱਕ ਹੋਰ ਆਕ੍ਰਿਤੀ ਦੇਖੋ, ਇੱਥੇ ਚਤੁਰਭੁਜ ਬਣਿਆ ਹੋਇਆ ਤੁਹਾਡੇ ਕੋਲ ਅਤੇ ਇਸ ਦੇ ਵੀ ਕੁਝ ਖਾਸ ਗੁਣ ਸਾਨੂੰ ਦੱਸੇ ਗਏ ਹਨ। ਇਸ ਚਤੁਰਭੁਜ ਦੇ ਗੁਣ ਦੱਸੇ ਗਏ ਹਨ ਸਾਨੂੰ ਕਿ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ। ਤਾਂ ਸਨਮੁੱਖ ਭੁਜਾਵਾਂ ਦੇ ਜੋੜੇ ਪਛਾਣਨ ਲਈ ਅਸੀਂ ਇਸਦਾ ਨਾਮ ਰੱਖ ਦਿੰਦੇ ਹਾਂ ਏ ਬੀ ਸੀ ਅਤੇ ਡੀ। ਸਨਮੁੱਖ ਭੁਜਾਵਾਂ ਮਤਲਬ ਸਾਹਮਣੇ ਦੀਆਂ ਭੁਜਾਵਾਂ, ਅਪੋਜ਼ਿਟ ਸਾਈਡਸ। ਹੁਣ ਇਹ ਡਬਲ ਐਰੋ ਵਾਲੀ ਭੁਜਾ ਦੇ ਸਮਾਂਤਰ ਹੈ। ਇਹ ਜਿਹੜਾ ਐਰੋ ਦਾ ਨਿਸ਼ਾਨ ਹੈ, ਮੈਂ ਪਹਿਲਾਂ ਵੀ ਦੱਸਿਆ, ਇਹ ਸਮਾਂਤਰ ਭੁਜਾਵਾਂ ਨੂੰ ਦਰਸਾਉਣ ਲਈ ਲਾਇਆ ਜਾਂਦਾ ਹੈ। ਸਿੰਗਲ ਐਰੋ ਅਤੇ ਸਿੰਗਲ ਐਰੋ ਵਾਲੀ ਭੁਜਾ ਦੇ ਸਮਾਂਤਰ ਹੈ। ਤਾਂ ਹੁਣ ਸਨਮੁੱਖ ਭੁਜਾਵਾਂ ਦੇ ਜੋੜੇ ਸਮਾਂਤਰ ਹਨ, ਇਹਦਾ ਮਤਲਬ ਕੀ ਹੋਇਆ? ਇੱਥੇ ਵੀ ਸਾਡੇ ਕੋਲ ਦਿੱਤਾ ਗਿਆ ਹੈ ਕਿ ਏ ਬੀ ਇਹ ਸਮਾਂਤਰ ਹੈ ਸੀ ਡੀ ਦੇ ਅਤੇ ਦੂਜਾ ਜੋੜਾ ਏ ਡੀ ਇਹ ਸਮਾਂਤਰ ਹੈ ਸੀ ਬੀ ਦੇ। ਇਹ ਤਾਂ ਸਾਨੂੰ ਪਹਿਲੇ ਪੁਆਇੰਟ ਤੋਂ ਪਤਾ ਲੱਗ ਗਿਆ। ਫਿਰ ਸਾਨੂੰ ਦੱਸਿਆ ਗਿਆ ਹੈ ਕਿ ਸਨਮੁੱਖ ਭੁਜਾਵਾਂ ਬਰਾਬਰ ਹਨ, ਮਤਲਬ ਆਹਮਣੇ ਸਾਹਮਣੇ ਦੀਆਂ ਭੁਜਾਵਾਂ ਵੀ ਬਰਾਬਰ ਹਨ। ਤਾਂ ਇੱਥੋਂ ਸਾਨੂੰ ਪਤਾ ਲੱਗਿਆ
कि ए बी साइड जिहड़ी है उह साइड सी डी दे समान है बराबर है अते ए डी साइड जिहड़ी है उह साइड सी बी दे बराबर है। इह सानूं दूजे पॉइंट तों पता लग्गिआ। तो इत्थे इक होर गुण भी है, तीजा गुण, यह सानूं दस्सिआ गया है कि इसका हरेक कोण सम कोण है, मतलब कि इस चतुर्भुज का हरेक कोण 90 डिग्री है। आ देखो 90 डिग्री का निशान बनया होया है। मैं उम्मीद है कि तुहानूं सारयां नूं पछाण होएगी कि इस चतुर्भुज का हुण हरेक कोण भी 90 डिग्री है। इस चतुर्भुज ए बी सी डी बारे सानूं यह जानकारी दित्ती हुई है। तो जे कोई सानूं पुछे कि की यह समांतर चतुर्भुज है, तां समांतर चतुर्भुज की शर्त की हुंदी सी? बस इन्नी कि सन्मुख भुजावां दे जोड़े समांतर होण। हुण इस चतुर्भुज दे विच सन्मुख भुजावां दे जोड़े समांतर हन? हाँ जी बिल्कुल हन। तां की इह समांतर चतुर्भुज है? हाँ जी इह एक समांतर चतुर्भुज है। इह समांतर चतुर्भुज है, मतलब इह एक पैरलैलोग्राम है। तुहाडे चों कईआं दे मन च आउंदा होएगा कि इह आयत नहीं लगदी सानूं, इस तरह के चित्र नूं, इस तरह के चतुर्भुज नूं तां असीं आयत कहिंदे हुंदे सी, तां इह समांतर चतुर्भुज किवें हो सकदा है? तो तुसीं बिल्कुल ठीक सोच रहे हो, इस नूं असीं आयत ही कहिंदे हुंदे आ। आयत भी एक तरह का समांतर चतुर्भुज ही हुंदा है, जिस दे विच समांतर चतुर्भुज के गुण के नाल नाल दो होर गुण होर हुंदे हन। मतलब समांतर चतुर्भुज का गुण की हुंदा? आमने सामने दीआं भुजावां दे जोड़े समांतर हो। हुण इस चतुर्भुज दे विच सन्मुख भुजावां दे जोड़े तां समांतर हन ही, उहदे नाल नाल इस दे विच होर वाधू गुण भी हन, इस करके इह एक आयत है। तां जे कोई सानूं पुछे कि की आयत समांतर चतुर्भुज हुंदा है, की आयत समांतर चतुर्भुज हुंदा है, तां तुसीं इसका की जवाब दोगे? तुसीं इसका जवाब दोगे हाँ जी बिल्कुल, आयत भी एक समांतर चतुर्भुज हुंदा है। पर इस दे विच समांतर चतुर्भुज नालों एक होर गुण भी खास हुंदा है कि इसका हरेक कोण 90 डिग्री हुंदा है। ठीक हो गया। आओ हुण अगली आकृति देखते हैं। अगला चतुर्भुज है साढ़े कोल, इसका भी असी नाम रख लैंदे हां। मान लो असी इसका नाम रखते हैं पी क्यू आर ते एस। इस चतुर्भुज के गुण सानू दिते हुए हैं। इसका पहला गुण सानू दस्या गया है कि इस दीयां सन्मुख भुजावां दे जोड़े समांतर हैं। तो सन्मुख भुजावां का मतलब की होया? सन्मुख भुजावां का मतलब होया आमने सामने दीयां भुजावां। हुण भुजा पी क्यू इहदे सामने किहड़ी भुजा है? भुजा एस आर। तो सानू दस्या गया है कि पी क्यू समांतर है एस आर दे, पी एस समांतर है आर क्यू दे, पी एस समांतर है आर क्यू दे। असी इसनूं संकेत नाल भी इत्थे दर्शाया होया। देखो आ दो एरो लगे हैं, तो जिहड़ा दो एरो हैं ये समांतर रेखावां नूं दर्शाउंदे हैं, तो जिहड़ा ये एक सिंगल कट लग्या होया है, यह सिंगल कट सानूं भुजा की लंबाई बारे दसदा है कि सिंगल कट वाली भुजा सिंगल कट वाली भुजा के बराबर है। तो इत्थे हरेक पासे सिंगल कट लग्या है, तो इसका मतलब यह होया कि इस दीआं चारे भुजावां भी बराबर हैं, जिहड़ी कि सानूं इत्थे कंडीशन दूजी दित्ती हुई है। उच्च लिखा है कि इस चतुर्भुज पी क्यू आर एस दीआं सारियां भुजावां बराबर हैं। इहदा मतलब की होया कि भुजा पी क्यू ये बराबर है भुजा क्यू आर दे, ते ये बराबर है भुजा आर एस दे, ते ये बराबर है साडे कोल भुजा एस पी दे, सारियां भुजावां बराबर हैं। तो हुण कोई सानू पुछे कि की यह चतुर्भुज पी क्यू आर एस समांतर चतुर्भुज है, तो असीं फिर सोचांगे कि समांतर चतुर्भुज होने लई सानू किहड़ा गुण चाहिए है। वह गुण होना चाहिए है कि इस दीआं सन्मुख भुजावां दे जोड़े समांतर होण। तां बिल्कुल पी क्यू आर एस दे विच वी सन्मुख भुजावां दे जोड़े समांतर हन। आ देखो सानू दस्या होया है सन्मुख भुजावां दे जोड़े समांतर होण करके ये वाला पी क्यू आर एस चतुर्भुज ये भी एक समांतर चतुर्भुज है। तां असीं कहांगे हाँ जी चतुर्भुज पी क्यू आर एस समांतर चतुर्भुज है। हुण इस तों पिछला चतुर्भुज जिहनूं असीं आयत कह रहे सी उह भी समांतर चतुर्भुज सी, इह वाला चतुर्भुज भी समांतर चतुर्भुज है। इस तरह का समांतर चतुर्भुज जिस दीआं सारियां भुजावां बराबर होण, उसका असीं एक विशेष नाम रखते हाँ, उसनूं असीं कहिंदे आ सम चतुर्भुज।
एक गल नूं तुसीं अपने दिमाग दे विच रखना है। जे कोई तुहानूं पुछ लवे कि सम चतुर्भुज की हुंदा है, तां सम चतुर्भुज इक इस तरह दा समांतर चतुर्भुज हुंदा है जिस दीआं सारीआं भुजावां बराबर हुंदीआं हन। मैनूं उम्मीद है कि तुसीं किसे चतुर्भुज नूं देख के दस सकदे हो कि उह समांतर चतुर्भुज है जां नहीं। आओ एक होर चतुर्भुज देख लैंदे हां। इत्थे तुहाडे सामने एक होर चतुर्भुज है, इसका मैं नाम रख दिंदा हाँ एम ओ आर ई। हुण इस चतुर्भुज दे भी सानू गुण दसे हुए हैं। पहला गुण सानू दसिया गया है कि सनमुख भुजावां दे जोड़े समांतर हैं। सनमुख भुजावां मतलब आमने सामने दीआं भुजावां। तां सानू यह दसिया गया है कि भुजा एम ओ ये पैरल है, समांतर है भुजा आर ई दे। ते दूजा जोड़ा एम ई ये समांतर है भुजा आर ओ दे। एम ओ आर ई दे समांतर हो गया ते एम ई आर ओ दे समांतर हो गया। हुण क्योंकि आमने सामने दीआं भुजावां समांतर हन तां असीं बस इन्नी गल पढ़ के ही दस सकते हाँ कि ये एम ओ आर ई यह एक समांतर चतुर्भुज है। यह एक समांतर चतुर्भुज है। पर इस समांतर चतुर्भुज दे सानू कुछ होर भी खास गुण दसे हुए हैं। इस दीआं सारीआं भुजावां भी बराबर हैं। मतलब की होया कि भुजा एम ओ ये बराबर है भुजा ओ आर दे, ये बराबर है भुजा आर ई दे, ते ये बराबर है भुजा ई एम दे। सारिआं दे विच बराबर लग गया। मतलब होया कि ये सारिआं भुजावां आपस दे विच बराबर हैं। तो सानू ये भी दसिया है कि इसका हरेक कोण सम कोण है, मतलब इसके सारे कोण 90 डिग्री हैं। ये एक विशेष गुणा वाला समांतर चतुर्भुज है। हुण इसनू देख के भी तुसी सोच रहे होवोगे कि इस तरह के चतुर्भुज नूं तां असीं वर्ग कहिंदे हुंदे सी। हाँ, तुसी बिल्कुल ठीक सोच रहे हो, एक वर्ग ही है। तां असीं इत्थों इह सिट्टा कढ सकदे हां कि जिहड़ा वर्ग है उह एक समांतर चतुर्भुज भी हुंदा है। वर्ग भी समांतर चतुर्भुज हुंदा है जिस दे विच समांतर चतुर्भुज दे गुणा दे नालों कुछ होर वाधू गुण भी हुंदे हन। इस दीआं सारीआं भुजावां बराबर हुंदीआं हन ते इस दा हरेक कोण भी समकोण हुंदा है। तां इस तरह दे समांतर चतुर्भुज नूं असीं वर्ग दा नाम दे दिंदे हां। मैनूं उम्मीद है कि तुसीं सारे समझ गए होवोगे कि किस तरह दे चतुर्भुजां जां क्वाड्रीलैटरल्स नूं असीं समांतर चतुर्भुज कहांगे। अगले लैसन विच असीं समांतर चतुर्भुज दे गुणां नूं कुछ होर विस्थार नाल समझांगे। थैंक यू।